ਕਿਉਂਕਿ ਸਰਕਾਰ ਦੇ ਨਾਲ ਲੰਬੇ ਸਮੇਂ ਤੋਂ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਜਿਹੜੀ ਹੈ ਸਰਕਾਰ ਦੀ ਅੱਖ ਤੇ ਸੀਗੀ। ਵੱਡਾ ਹਿੱਸਾ ਜ਼ਮੀਨ ਹੈ, ਕਾਫੀ ਜ਼ਮੀਨ ਹੈ ਪੰਜਾਬ ਦੇ ਅੰਦਰ, ਔਰ ਸਰਕਾਰ ਚਾਹੁੰਦੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਪੰਚਾਇਤਾਂ ਦੇ ਕਬਜ਼ੇ ਚ ਕੀਤੀ ਜਾਏ ਤੇ ਪੰਚਾਇਤਾਂ ਤੋਂ ਬਾਅਦ ਮੁੜ ਕੇ ਆਪਣੇ ਕਬਜ਼ੇ ਚ ਕਰ ਲਈ। ਆਬਾਦਕਾਰ ਕਿਸਾਨ ਜਿਨ੍ਹਾਂ ਨੇ ਲੰਬੇ ਸਮੇਂ ਤੋਂ, ਕਾਫੀ ਲੰਬੇ ਅਰਸੇ ਤੋਂ ਜ਼ਮੀਨਾਂ ਆਬਾਦ ਕੀਤੀਆਂ ਸੀ, ਗੈਰ ਆਬਾਦ ਪਈਆਂ ਜ਼ਮੀਨਾਂ ਆਬਾਦ ਕੀਤੀਆਂ ਸੀ, ਕਿਸੇ ਨੂੰ 40 ਸਾਲ ਹੋ ਗਏ, ਕਿਸੇ ਨੂੰ 50 ਸਾਲ ਹੋ ਗਏ, ਕਿਸੇ ਨੂੰ 60 ਸਾਲ ਹੋ ਗਏ, ਕਿਸੇ ਨੂੰ 72-72 70-70 ਸਾਲ, 100-100 ਸਾਲ ਵੀ ਹੋ ਗਏ। ਕਿ ਅਸੀਂ ਜਿਹੜੀ ਇਹ ਕਾਸ਼ਤਕਾਰ ਨੇ, ਜਿਹੜੇ ਕਿਸਾਨ, ਜਿਹੜੇ ਇਹ ਆਬਾਦਕਾਰ ਕਿਸਾਨ ਨੇ, ਇਹਨਾਂ ਨੂੰ ਹੱਕ ਮਾਲਕੀਅਤ ਦੇਵਾਂਗੇ। ਕੁਝ ਅਧਿਕਾਰੀ ਤੇ ਕੁਝ ਕਿਸਾਨ ਆਗੂ ਉਹਨਾਂ ਦੀ ਮਿਲ ਕੇ ਇੱਕ ਕਮੇਟੀ ਬਣੀ, ਔਰ ਕਮੇਟੀ ਦੀਆਂ 2 ਮੀਟਿੰਗਾਂ ਵੀ ਹੋਈਆਂ। ਹੁਣ ਕਮੇਟੀ ਇਸ ਲਈ ਬਣੀ ਸੀ ਕਿ ਆਈਡੈਂਟੀਫਾਈ ਕਰਨਾ ਹੈ ਕਿ ਇਹ ਜਿਹੜੀ ਜ਼ਮੀਨ ਵਾਹ ਰਹੇ ਨੇ, ਇਹ ਸੱਚਿਓਂ ਕਿਸਾਨ ਵਾਹ ਰਹੇ ਨੇ ਜਾਂ ਕਿਤੇ ਕੈਪਟਨ ਬਾਦਲ ਕੇ ਤਾਂ ਨਹੀਂ ਵਾਹ ਰਹੇ, ਕੋਈ ਪੋਲੀਟੀਕਲ ਬੰਦੇ ਤਾਂ ਨਹੀਂ ਵਾਹ ਰਹੇ। ਔਰ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਦੇ ਉੱਤੇ ਫਿਰ ਦੁਬਾਰਾ ਵਾਰ ਕਰ ਦਿੱਤਾ ਜਾਂਦਾ ਹੈ, ਔਰ ਚੁੱਪ ਚਪੀਤੇ ਹੀ ਕੈਬਨਿਟ ਦੀ ਮੀਟਿੰਗ ਸੱਦ ਕੇ ਉਹਦੇ ਚ ਫੈਸਲਾ ਲਿਆ ਜਾਂਦਾ ਕਿ ਇਸ ਜ਼ਮੀਨ ਨੂੰ ਪੰਚਾਇਤਾਂ ਦੇ ਨਾਂ ਹੱਕ ਮਾਲਕੀ ਤਬਦੀਲ ਕਰ ਦੇ। ਉਸ ਅੰਦੋਲਨ ਦੇ ਵਿੱਚ ਮਾਨਯੋਗ ਖੇਤੀਬਾੜੀ ਮੰਤਰੀ ਜੀ ਕੁਲਦੀਪ ਧਾਲੀਵਾਲ ਜੀ ਔਰ ਨਾਲ ਉਸ ਸਮੇਂ ਦੇ ਅਫਸਰ, ਆਪ ਸਭ ਨੂੰ ਪਤਾ ਹੈ ਬਹੁਤ ਸਾਰੀਆਂ ਪ੍ਰੋਗਰਾਮਾਂ ਨੂੰ ਅਟੈਂਡ ਕਰਦੇ ਨੇ, ਸਰਦਾਰ ਜਸਕਰਨ ਸਿੰਘ ਜੀ ਤੇ ਡੀਜੀਪੀ ਸਾਹਿਬ। ਇਹ ਇੱਕ ਵੀਡੀਓ ਪਈ ਹੈ ਜਿਹਦੇ ਵਿੱਚ ਸਪਸ਼ਟ ਕਿਹਾ ਗਿਆ ਕਿ ਜੁਮਲਾ ਮੁਸ਼ਤਰਕਾ ਮਾਲਕਣ ਵਾਲੀ ਜ਼ਮੀਨ ਬਿਲਕੁਲ ਨਹੀਂ ਖੋਵਾਂਗੇ, ਔਰ ਉਹਦਾ ਲੈਟਰ ਆਇਆ ਉਸੇ ਦਿਨ ਉੱਥੇ ਕਿ ਅਸੀਂ ਇਹ ਰੱਦ ਕਰਦੇ ਹਾਂ ਜਿਹੜੀ ਚਿੱਠੀ ਹੈ। ਆਮ ਆਦਮੀ ਪਾਰਟੀ ਆਪਣੇ ਚਹੇਤਿਆਂ ਨੂੰ, ਫਿਰੋਜ਼ਪੁਰ ਦਾ MLA ਆਪਣੇ ਕੁਝ ਚਹੇਤੇ ਬੰਦਿਆਂ ਨੂੰ ਉਹ ਜ਼ਮੀਨ ਦਵਾਉਣੀ ਚਾਹੁੰਦਾ ਜਿੱਥੇ ਉਹਨਾਂ ਦਾ ਕਦੇ ਵੀ ਕੋਈ ਕਬਜ਼ਾ ਨਹੀਂ ਹੋਇਆ, ਜਿੱਥੇ ਉਹਨਾਂ ਨੇ ਕਦੇ ਉਹ ਜ਼ਮੀਨ ਵਾਹੀ ਨਹੀਂ। ਔਰ ਜਿਹੜੇ ਕਿਸਾਨ ਲਗਾਤਾਰ 30-30, 35-35, 40-40 ਸਾਲ ਤੋਂ ਜ਼ਮੀਨ ਵਾਹੁੰਦੇ ਆ ਰਹੇ ਨੇ, ਉਹਨਾਂ ਨੂੰ ਉਸ ਜ਼ਮੀਨ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ। SDM ਨੇ ਮਿਲੀ ਭੁਗਤ ਦੇ ਨਾਲ MLA ਸਾਹਿਬ ਦੇ ਇਸ਼ਾਰੇ ਤੇ ਉਹ ਜ਼ਮੀਨ ਤੇ 45 ਲਾਈ, ਫਿਰ ਉਹ ਤੇ 46 ਲਾਈ ਕਿ ਇਹਨਾਂ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਖੇਤ ਚੋਂ ਬਾਹਰ ਕੱਢਿਆ ਜਾ ਸਕਦਾ ਹੈ। ਉਹ ਪੂਰਾ ਯਤਨ ਹੋਇਆ, ਲੇਕਿਨ ਮਜਬੂਰਨ ਜਿਹੜੇ ਕਿਸਾਨ ਵਿਚਾਰੇ ਉਸੇ ਜ਼ਮੀਨ ਤੇ ਰੋਟੀ ਖਾਂਦੇ ਨੇ, ਉਹ ਇਸ ਅੰਦੋਲਨ ਦੇ ਚੱਲਣ ਦੇ ਨਾਲ ਨਾਲ ਉਹਨਾਂ ਨੂੰ ਆਪਦਾ ਅੰਦੋਲਨ ਵੀ ਉੱਥੇ ਸ਼ੁਰੂ ਕਰਨਾ ਪੈ ਰਿਹਾ ਇਸ ਜ਼ਮੀਨ ਨੂੰ ਲੈ ਕੇ। ਲਗਾਤਾਰ ਸਰਕਾਰ ਨੂੰ ਰੋਸ ਦਿਖਾਉਣ ਵਾਸਤੇ ਮਰਨ ਵਰਤ ਤੇ ਬੈਠਾ ਸੀ, ਅੱਜ ਸਰਕਾਰ ਨੇ ਧੱਕੇਸ਼ਾਹੀ ਕਰਦਿਆਂ, ਹੁੱਲੜਬਾਜ਼ੀ ਕਰਦਿਆਂ, ਬਿਲਕੁਲ ਉਹ ਜਿਹੜੇ ਕੀਤੇ ਵਾਅਦਿਆਂ ਤੋਂ ਭੱਜ ਕੇ, ਮੁੱਕਰ ਕੇ ਉਸ ਕਿਸਾਨ ਨੂੰ ਚੁੱਕ ਕੇ ਹਸਪੀਟਲ ਐਡਮਿਟ ਕੀਤਾ। ਸਰਕਾਰ ਸ਼ਾਇਦ ਭਰਮ ਪਾਲ ਬੈਠੀ ਹੈ ਕਿ ਇਸ ਤਰ੍ਹਾਂ ਕਰਕੇ ਇਸ ਮਸਲੇ ਦਾ ਹੱਲ ਕਰ ਲਾਂਗੇ। ਨਹੀਂ ਹੋਣਾ। ਇਹ ਉਹ ਕਿਸਾਨ ਜਿਹੜੇ ਜ਼ਮੀਨ ਦੇ ਮਾਲਕ ਨੇ, ਜਿਹੜੇ ਲੰਬੇ ਸਮੇਂ ਤੋਂ ਕਾਸ਼ਤਕਾਰ ਨੇ, ਇਹ ਜ਼ਮੀਨ ਉਹਨਾਂ ਕਿਸਾਨਾਂ ਦੀ ਹੈ ਤੇ ਸਰਕਾਰ ਨੂੰ ਇਹ ਜ਼ਮੀਨ ਅੱਗੇ ਪਿੱਛੇ ਉਹਨਾਂ ਨੂੰ ਦੇਣੀ ਪੈਣੀ ਹੈ। ਸਾਨੂੰ ਕਿੱਡੀ ਵੀ ਲੜਾਈ ਲੜਨੀ ਪਵੇ, ਅਸੀਂ ਇਹ ਤੇ ਲੜਾਈ ਲੜਾਂਗੇ। ਔਰ ਸਰਕਾਰ ਇਸ ਆਪਦੀ ਕਰਤੂਤ ਤੋਂ ਪਿੱਛੇ ਹਟੇ, ਉਸ ਕਿਸਾਨ ਨੂੰ ਆਪਦੀ ਮਨ ਮਰਜ਼ੀ ਤੇ ਛੱਡੇ। ਮਿਲੀ ਭੁਗਤ ਦੇ ਨਾਲ, MLA ਦੀ ਮਿਲੀ ਭੁਗਤ ਦੇ ਨਾਲ ਜਿਹੜੀ
45 ਲਈ ਕਿਉਂ ਨਹੀਂ ਤੋੜੀ ਜਾ ਸਕਦੀ ਜੀ ਉਹ। ਸੋ ਇਸ ਕਰਕੇ ਇਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ। ਫਿਰ ਸਾਨੂੰ ਮਜਬੂਰਨ ਉਸ ਜ਼ਿਲ੍ਹੇ ਦੀ ਸਪੋਰਟ ਤੇ ਆਂਢੀ ਗੁਆਂਢੀ ਜ਼ਿਲ੍ਹਿਆਂ ਨੂੰ ਭੇਜਣਾ ਪਏਗਾ। ਫਿਰ ਜੋ ਹਾਲਾਤ ਬਣਨਗੇ ਉਸ ਉਹਨਾਂ ਹਾਲਾਤਾਂ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ। ਅੱਜ ਪੰਜਾਬ ਸਰਕਾਰ ਨੇ ਥੁੱਕ ਕੇ ਚੱਟਣ ਵਾਲਾ ਕੰਮ ਕੀਤਾ ਹੈ।